बहुत जरूरी ते अहम गल्लां ने ते मैं मेरे भरावां नूं कहना जिन्ने भी मोर्चे दे विच डटे होए ने चाहे टिकरी बार्डर ते ने चाहे इत्थे कुंडली बार्डर ते ने चाहे गाजियाबाद वाले पासे आ सारयां नूं अपील करदे आ कि एक तां मैं चैनल सब तों पहलां मैं जिहड़े चैनल वाले आ इहनां दा मैं देखिया तड़के कि जी आह पत्थर लाउण लग गए जी क्रेनां खड़ियां करतियां जी फौज लग रही है जी इस तरह दियां फवाहां इस तरह दियां जिहड़ियां घबराहट वालियां गल्लां उह ना करो। एक वीर दा दस्सिया वीर ने कि किसी ने जिहड़ा सीरा सीरा नाम दा बंदा उह लिख के पा रहा है कि जी हां लै हां कोई वीडियो पा रहा बना के कि फौज ने जी दिल्ली घेर ली जी ये हो गया वो हो गया घेर ली यार गल इत्थे खड़ती आ गई क्यों तुसीं एवें कच्चियां गल्लां करके लोकां दे विच गल्लां फैला रहे हैं पंजाब दे विचों हुण जिहड़े नौजवान आउणा चाहुंदे आ उहनां दीआं मामां कहणियां ना पुत फौज दिल्ली कोई दिल्ली आ बैठे दिल्ली च ਕਿਹੜੀ ਦਿੱਲੀ ਘੇਰੀ ਆ ਇੱਥੇ ਆ ਦੱਸੋ ਬਾਈ ਘੇਰੀ ਆ ਦਿੱਲੀ ਦੱਸੋ ਕੋਈ ਦਿੱਲੀ ਨਹੀਂ ਘੇਰੀ ਦਿੱਲੀ ਦਾ ਆਪਾਂ ਘੇਰੀ ਹੋਈ ਆ ਜੱਟ ਘੇਰੀ ਬੈਠੇ ਆ ਦਿੱਲੀ ਆਪਾਂ ਘੇਰੀ ਹੋਈ ਆ ਦੂਜੀ ਗੱਲ ਬਹੁਤ ਵੱਡਾ ਦਬਾਅ ਹੈ ਇਸ ਸਮੇਂ ਅੰਤਰਰਾਸ਼ਟਰੀ ਪੱਧਰ ਦਾ ਦਬਾਅ ਹੈ ਸਰਕਾਰਾਂ ਦੇ ਵਿੱਚ ਨਾ ਬੋਲੋ ਯਾਰ ਅੰਤਰਰਾਸ਼ਟਰੀ ਪੱਧਰ ਦਾ ਦਬਾਅ ਹੈ ਇਸ ਸਮੇਂ ਸਰਕਾਰ ਦੇ ਉੱਤੇ ਮਾੜੀ ਮੋਟੀ ਗੱਲ ਨਹੀਂ ਤੁਸੀਂ ਐਂ ਜਮਾ ਪੂਰਾ ਕਹਿੰਦੇ ਠੋਕਿਆ ਹੋਇਆ ਇੱਥੇ ਆ ਕੇ ਐਵੇਂ ਕਹੀ ਜਾਣਾ ਆਹ ਹੋ ਗਿਆ ਜੀ ਉਹ ਚੈਨਲ ਵਾਲੇ ਆ ਉਹ ਖਬਰ ਚਲਾਉਣ ਦੇ ਮਾਰੇ ਉੱਤੇ ਵਿੱਚ ਹੋਰ ਹੀ ਲਿਖ ਦਿੰਦੇ ਆ ਵੀ ਲੋਕ ਵੱਧ ਦੇਖਣ ਕੀ ਹੋ ਗਿਆ ਜਿਵੇਂ ਕੱਲ੍ਹ ਇੱਕ ਚੈਨਲ ਦਾ ਲਿਖਿਆ ਪਿਆ ਸੀਗਾ ਮੀਟਿੰਗ 'ਤੇ ਮੋਦੀ ਅਤੇ ਸ਼ਾਹ ਨਹੀਂ ਮੰਨ ਰਹੇ ਗੱਲ ਕੀ ਹੋ ਰਹੀ ਹੈ ਮੀਟਿੰਗ ਚੱਲ ਰਹੀ ਹੈ ਖੇਤੀ ਮੰਤਰੀ ਦੇ ਨਾਲ ਕਿੱਧਰੇ ਚੈਨਲ ਠੋਕੀ ਜਾਂਦਾ ਕਿ ਮੋਦੀ ਅਤੇ ਅਮਿਤ ਸ਼ਾਹ ਨਹੀਂ ਮੰਨ ਰਹੇ ਕਿਹੜੇ ਨਾ ਮੋਦੀ ਅਤੇ ਅਮਿਤ ਸ਼ਾਹ ਆਏ ਜਾਂ ਨਾ ਉਹਨਾਂ ਦਾ ਕੋਈ ਬਿਆਨ ਯਾਰ ਇਹੋ ਜਿਹੀਆਂ ਕਾਰਵਾਈਆਂ ਮੇਰਾ ਵੀਰ ਨਾਲ ਖੜੋ ਹੌਂਸਲਾ ਦਿਓ ਕੋਈ ਤੁਹਾਡੇ ਆਲੇ ਦੁਆਲੇ ਵੈਸੇ ਪੁਲਿਸ ਦੀਆਂ ਗੱਡੀਆਂ ਗੇੜਾ ਮਾਰਦੀਆਂ ਨੇ ਮਾਰ ਦਿੰਦੇ ਕੋਈ ਗੱਲ ਨਹੀਂ ਇਹ ਸਰਕਾਰਾਂ ਦੇ ਟੈਕਟ ਹੁੰਦੇ ਨੇ ਸਰਕਾਰਾਂ ਦੇ ਢੰਗ ਹੁੰਦੇ ਨੇ ਹਿੱਲ ਚੁੱਲ ਪੈਦਾ ਕਰੋ ਡਰ ਪੈਦਾ ਕਰੋ ਸਹਿਮ ਪੈਦਾ ਕਰੋ ਵੀ ਆਪ ਹੀ ਇਹਨਾਂ ਦੇ ਨਾ ਆਪ ਹੀ ਬੰਦੇ ਤੁਹਾਨੂੰ ਹੋਰ ਦੱਸ ਦੇਣਾ ਇਹਨਾਂ ਦੇ ਆਪ ਦੇ ਬੰਦੇ ਫਵਾਹ ਫਲਾਉਣਗੇ ਬਾਈ ਨਿਗਾਹ ਰੱਖਿਓ ਰਾਤ ਨੂੰ ਕਾਰਵਾਈ ਹੋ ਸਕਦੀ ਹੈ ਗੜਬੜ ਹੋ ਟੱਕਾ ਨਹੀਂ ਯਾਰ ਹੁੰਦੀ ਤਾਂ ਫਿਰ ਹੋਣ ਦੇ ਯਾਰ ਹਾਂ ਅਸੀਂ ਤਾਂ ਹੁਣ ਇੱਥੇ ਮਰ ਕੇ ਆਏ ਹੋਏ ਹਾਂ ਅਸੀਂ ਜੇ ਵਾਪਸ ਬਣਾਂਗੇ ਤਾਂ ਵੀ ਮਰ ਗਏ ਸਾਡੇ ਜ਼ਮੀਨਾਂ ਦੂਰ ਆ ਸਾਡੇ ਘਰ ਵੀ ਦੱਬਣਗੇ ਫਿਰ ਆ ਕੇ ਇਹ ਤਾਂ ਮੇਰਾ ਵੀਰ ਖਾਸ ਖਿਆਲ ਕਰਕੇ ਚੈਨਲ ਜਿਹੜੇ ਇਹੋ ਜਿਹਾ ਜਿਹੜੀ ਖਬਰ ਲਿਖਦੇ ਆ ਉੱਤੇ ਗਲਤ ਆ ਉਹਨੂੰ ਥੱਲੇ ਖੰਡ ਪਾਇਆ ਕਰੋ ਤਾਂ ਕਿ ਇਹੋ ਜਿਹਾ ਹੈਡਿੰਗ ਹੂਡਿੰਗ ਜਿਹੜਾ ਤਾਂ ਲਾਉਂਦੇ ਆ ਸੁਰਖੀ 'ਚੋਂ ਨਾ ਲਾਉਣ ਦੁਆਰੇ ਉਹਨਾਂ ਨੂੰ ਵੀ ਅਸੀਂ ਕਰ ਰਹੇ ਵੀ ਤੁਸੀਂ ਬਹੁਤ ਵਧੀਆ ਸਾਥ ਦਿੱਤਾ ਹੁਣ ਤੱਕ ਚੰਗਾ ਸਾਥ ਤੁਸੀਂ ਨਿਭਾਇਆ ਜਿਹੜਾ ਪੰਜਾਬ ਦਾ ਮੀਡੀਆ ਪਰ ਇਹੋ ਜਿਹੀ ਗੱਲ ਨਾ ਲਿਖੋ ਸਿਰਫ ਇਹ ਗੱਲ ਚਲਾਉਣ ਦੇ ਮਾਰੇ ਵੀ ਸਾਡਾ ਵੱਧ ਦੇਖਣਗੇ ਲੋਕ ਕਿਉਂਕਿ ਜੰਗ ਹੈ ਇਹ ਵੱਧ ਦੇਖਣਗੇ ਘੱਟ ਦੇਖਣਗੇ ਗੱਲਾਂ ਮਾਇਨੇ ਨਹੀਂ ਰੱਖਦੀਆਂ ਇੱਥੇ ਜੰਗ ਜਿੱਤਣ ਆਏ ਆ ਯੁੱਧ ਜਿੱਤਣ ਆਏ ਆ ਮੋਰਚਾ ਫਤਿਹ ਕਰਨ ਆਏ ਆ ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਦਾ ਖਿਆਲ ਰੱਖਣਾ ਕੋਈ ਗੱਲ ਨਹੀਂ ਹਰ ਬੰਦਾ ਇੱਥੇ ਮੈਂ ਬਾਈ ਨਾਲ ਗੱਲ ਕਰਦਾ ਸੀਗਾ ਮੈਂ ਕਿਹਾ ਬਾਈ ਗੱਲ ਸੁਣ ਲੈ ਇੱਕ ਜੇ ਆਪਣਾ ਇਹ ਲਿਖਿਆ ਕਿਸਮਤ ਦੇ ਵਿੱਚ ਤਕਦੀਰ ਦੇ ਵਿੱਚ ਕਿ ਗੋਲੀ ਨਾਲ ਹੀ ਮਰਨ ਦਾ ਆਪਾਂ ਗੋਲੀ ਨਹੀਂ ਮਰਾਂ ਆਪਾਂ ਐਕਸੀਡੈਂਟ ਨਾਲ ਵੀ ਮਰ ਜਾਂਦੇ ਹਾਂ ਬੰਦੇ ਸੁੱਤੇ ਪਏ ਨੂੰ ਅਟੈਕ ਹੋ ਜਾਂਦਾ ਬੰਦਾ ਉਹ ਵੀ ਮਰ ਜਾਂਦਾ ਬੰਦਾ ਯਾਤਰਾ ਤੇ ਗਿਆ ਹੁੰਦਾ ਕਿਸੇ ਤੀਰਥ ਸਥਾਨ ਦੇ ਉੱਤੇ ਉੱਥੇ ਪਾਣੀਆਂ 'ਚ ਰੁੜ ਕੇ ਵੀ ਮਰ ਜਾਂਦੇ ਨੇ ਲੋਕ ਸੋ ਇਹ ਗੱਲਾਂ ਇਹੋ ਜਿਹੀਆਂ ਜਿਹੜੀਆਂ ਨੈਗਟਿਵਿਟੀ ਵਾਲੀਆਂ ਗੱਲਾਂ ਨੇ ਨਾ ਪੱਕੀ ਜਿਹੜੀ ਸੋਚ ਆ ਇਹਨੂੰ ਨਾ ਫੈਲਾਓ ਜਿੱਤਣਾ ਆ ਹਮੇਸ਼ਾ ਬੁਲੰਦ ਹੌਂਸਲੇ ਚਾਹੀਦੇ ਇੱਕੋ ਹੀ ਚਾਹੀਦਾ ਹਰ ਪੰਜਾਬੀ ਦੀ ਹਰ ਹਰਿਆਣੇ ਵਾਲੇ ਦੀ ਹਰ ਇਸ ਭਾਰਤ ਵਾਸੀ ਦੀ ਇੱਕੋ ਹੀ ਆਵਾਜ਼ ਚਾਹੀਦੀ ਹੈ ਕਿ ਇੱਥੋਂ ਜਿੱਤ ਕੇ ਜਾਵਾਂਗੇ ਦੁਨੀਆਂ ਦੇ ਵਿੱਚ ਪੰਜਾਬੀ ਕੋਲ ਤੁਹਾਡੀਆਂ ਗੱਲਾਂ ਹੁੰਦੀਆਂ ਨੇ ਅੱਜ ਦੁਨੀਆਂ 'ਚ ਇੱਥੇ ਦਿੱਲੀ ਦੇ ਲੋਕ ਮਿਲਦੇ ਆ ਹਰਿਆਣੇ ਦੇ ਲੋਕ ਮਿਲਦੇ ਆ ਕਹਿੰਦੇ ਬਾਈ ਸੁਣਦੇ ਹੁੰਦੇ ਸੀ ਕਦੇ ਪੰਜਾਬੀਆਂ ਬਾਰੇ ਅੱਜ ਅੱਖੀਂ ਦੇਖ ਲਿਆ ਬਈ ਉਹਨੇ ਕਿਹਾ ਤਾਂ ਸੀਗਾ ਜਿਹੜਾ ਆਪਾਂ ਨੂੰ ਆਟੋ ਤੇ ਲੈ ਕੇ ਗਿਆ ਸੀ ਕੀ ਕਿਹਾ ਸੀ ਉਹਨੇ ਕਿਹਾ ਸੀ ਮੈਂ ਤੇ ਹੱਸ ਪੜਿਆ ਤੁਹਾਡਾ ਕਹਿੰਦਾ ਮੈਂ ਪੜਿਆ ਸੀ ਕਿਤਾਬਾਂ 'ਚ ਪਰ ਅੱਜ ਕਹਿੰਦਾ ਆਹ ਪ੍ਰਤੱਖ ਨਜ਼ਰ ਆਉਂਦਾ ਇੱਥੇ ਆਹ ਬੈਠੇ ਸੋ ਕੋਈ ਗੱਲ ਨਹੀਂ ਯਾਰ ਅਸੀਂ ਆਉਣ ਵਾਲੀਆਂ ਨਸਲਾਂ ਦੇ ਲਈ ਇੱਥੇ ਲੜ ਰਹੇ ਹਾਂ ਉਹਨਾਂ ਨੂੰ ਬਚਾਉਣ ਲਈ ਲੜ ਰਹੇ ਹਾਂ ਕੋਈ ਕਿੱਡੀ ਗੱਲ ਆ ਫਿਰ ਜੇ ਮਰ ਵੀ ਜਾਵਾਂਗੇ ਤਾਂ ਯਾਰ 90% ਤਾਂ ਆਪਾਂ ਜਿੱਤ ਕੋਈ ਬਾਕੀ ਮੈਂ ਹੋਰ ਦੱਸਦਾ 90 ਨਹੀਂ ਬਾਈ ਆਪਾਂ 100 ਜਿੱਤੀ ਬੈਠੇ ਹਾਂ ਤਾਂ ਬਣਿਆ ਪਿਆ ਖਾਣਾ ਦਾਣਾ ਭਾਂਡਿਆਂ 'ਚ ਪਾਉਣ ਦੀ ਲੋੜ ਹੈ ਕੋਈ ਗੱਲ ਨਹੀਂ ਇਹੋ ਜਿਹੀ ਮਰਨ ਮਰਾਉਣ ਵਾਲੀ ਬੇਫਿਕਰ ਰਹੋ ਦਿਮਾਗ ਦੇ ਵਿੱਚੋਂ ਗੱਲ ਕੱਢ ਦਿਓ ਦਿਲ ਦੇ ਵਿੱਚੋਂ ਇਹ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਇਹਨਾਂ ਦੇ ਬੰਦਿਆਂ ਰਾਹੀਂ ਇਹ ਅਫਵਾਹਾਂ ਫੈਲਾਈਆਂ ਜਾਣਗੀਆਂ ਫੌਜ ਲਾ ਗਈ ਹੋਏ ਘੇਰਾ ਐਂ ਹੋ ਗਿਆ ਹੋਏ ਘੇਰਾ ਉਹ ਹੋ ਗਿਆ ਇਹ ਕਰਨ ਦੇ ਕੋਈ ਗੱਲ ਨਹੀਂ ਤੁਹਾਨੂੰ ਮੈਂ ਦੱਸਦਾ ਗੱਲ ਇਸ ਸਮੇਂ ਮੋਦੀ ਸਰਕਾਰ ਦੇ ਗਲ ਦੀ ਹੱਡੀ ਬਣ ਗਿਆ ਅੰਦੋਲਨ
ਜੇ ਕੋਈ ਵੀ 19-21 ਕਰਦੇ ਆ ਤਾਂ ਹਿਸਾਬ ਲਾ ਲਓ ਮੋਦੀ ਸਰਕਾਰ ਡਿੱਗ ਜਾਣੀ ਹੈ। ਸੋਚ ਕੇ ਦੇਖੋ ਇਹ ਗੱਲ, ਸੌਖਾ ਨਹੀਂ ਹੈਗਾ ਇਹ। ਬਥੇਰੀਆਂ ਨੇ ਕੋਸ਼ਿਸ਼ ਕੀਤੀ ਤਾਰ ਪਿੰਡੋ ਕਰਨ ਦੀ, ਇਕੱਲੇ ਪੰਜਾਬ ਵਾਲੇ ਆ ਗਏ ਜੀ, ਤਾਂ ਇਕੱਲੇ ਪੰਜਾਬੀਆਂ ਦਾ ਜੀ, ਇਹ ਤਾਂ ਫਲਾਣੇ ਆ ਗਏ, ਇਹ ਤਾਂ ਫਲਾਣੇ ਆ ਗਏ, ਇਹਨੂੰ ਫੰਡ ਚੀਨ ਤੋਂ ਉਹਦਾ ਧਿਮਕੇ ਆ ਗਏ। ਉਹੀ ਜੀ ਨਿਊਜ਼ ਚੈਨਲ ਜਿਹੜਾ ਕਹਿੰਦਾ ਸੀ ਧਿਮਕੇ ਆ ਗਏ, ਫਲਾਣੇ ਆ ਗਏ, ਵੱਖਵਾਦੀ ਆ ਗਏ, ਅੱਤਵਾਦੀ ਆ ਗਏ, ਪਾਕਿਸਤਾਨੀ ਆ ਗਏ, ਉਹੀ ਕਹਿ ਰਿਹਾ। ਕੱਲ ਦੀ ਉਹਦੀ ਰਿਪੋਰਟ ਸੁਣ ਲਓ, ਕਹਿ ਰਿਹਾ ਕਿ ਬਹੁਤ ਵਧੀਆ ਅੰਦੋਲਨ ਆ ਜੀ, ਪਹਿਲੀ ਵਾਰ ਇਹੋ ਜਿਹਾ ਅੰਦੋਲਨ ਹੋ ਰਿਹਾ, ਹੋਰ ਅੰਦੋਲਨਕਾਰੀਆਂ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਸਫਾਈਆਂ ਵੀ ਆਪ ਕਰਦੇ ਨੇ। ਮੈਂ ਕਹਿੰਦਾ ਵੱਖਰੇ ਕਿਸਮ ਦਾ, ਵੱਖਰੀ ਕਿਸਮ ਦਾ ਇੱਕ ਇਤਿਹਾਸ ਸਿਰਜ ਰਹੇ ਆ ਲੋਕ, ਪਤਾ ਨੀ ਕਿਹੜੀ। ਮੈਂ ਕਹਿੰਦਾ ਯਾਰ ਹੈਰਾਨੀ ਆ, ਗੀਜਰਾਂ ਦੇ ਲੰਗਰ ਲੱਗੇ ਪਏ ਆ, ਆਂਡਿਆਂ ਦੇ ਲੰਗਰ ਆ, ਸਿਲੰਡਰਾਂ ਰੋਟੀਆਂ ਦੇ, ਸਿਲੰਡਰਾਂ ਦੇ, ਕੱਪੜੇ ਧੋਣ ਦੇ। ਹਾਂ ਇੱਕ ਬਾਈ ਉੱਥੇ ਸਰਪੰਚ ਆ, ਕੱਪੜੇ ਧੋਣ ਵਾਲੀ ਮਸ਼ੀਨ ਲੈ ਲਈ ਉਹਨੇ ਨਵੀਂ ਆ ਕੇ ਇੱਥੇ, ਤੇ ਆਪ ਲੋਕਾਂ ਨੇ ਕੱਪੜੇ ਧੋ ਕੇ ਦੇ ਰਿਹਾ। ਨਾਲੇ ਪਿੰਡ ਦਾ ਸਰਪੰਚ ਆ, ਪਿੰਡ ਦਾ ਸਰਪੰਚ ਆ, 1,00,000 ਬੰਦੇ ਦੀ ਰੋਟੀ ਪਕਾਉਂਦੀਆਂ ਮਸ਼ੀਨ ਪਟਿਆਲੇ ਤੋਂ ਲੈ ਕੇ ਆਏ ਬਾਈ ਉੱਥੇ। ਬਾਈ ਉਹ ਫਤਿਹਗੜ੍ਹ ਤੋਂ ਮਸ਼ੀਨਾਂ ਵੀ ਆ ਰਹੀਆਂ ਨੇ। ਹਾਂ ਹਾਂ ਹਾਂ, ਬਾਕੀ ਕੁੱਤਾ ਕਹਿੰਦੇ ਆ, ਕੁੱਤਾ ਉਹ ਦਿੱਲੀ ਦੇ ਕੁੱਤੇ ਵੀ ਨਾਲ ਖੜ ਗਏ ਆ ਬਈਆ, ਮੋਤੀਓ ਸੁੱਤਾ ਪਿਆ ਥੱਲੇ। ਓਏ ਇੱਕੋ ਤਿੰਨੇ ਪਾਰਟੀਆਂ, ਇੱਕ ਤਿੰਨੇ ਬਾਰਡਰ ਕਹਿੰਦਾ ਬਾਈ, ਇੱਕ ਮਿੰਟ ਬਾਰਡਰ ਬਾਰੇ ਦੱਸ ਦੇ ਬਾਈ, ਉਹ ਸੁਣ ਲੈ ਬਾਈ, ਬਣੇ ਖੜ ਜਾ, ਚੁੱਪ ਚੁੱਪ ਜਿੱਤੀ ਬੈਠੇ ਆ ਤੁਹਾਡੇ ਮੂਹਰੇ ਹੱਥ ਬੰਨ ਕੇ ਗੁਜ਼ਾਰਿਸ਼ ਕਰਦੇ ਆ, ਸਮਾਂ ਬਾਰ ਬਾਰ ਮੌਕਾ ਨਹੀਂ ਦਿੰਦਾ, ਕੁਦਰਤ ਬਾਰ ਬਾਰ ਮੌਕਾ ਨਹੀਂ ਦਿੰਦੀ, ਰੱਬ ਨੇ ਉਹ ਪ੍ਰਮਾਤਮਾ ਵਾਹਿਗੁਰੂ ਨੇ ਸਾਡੇ ਕੋਲੇ ਬਹੁਤ ਸੋਹਣਾ ਮੌਕਾ ਦਿੱਤਾ ਇਸ ਇਤਿਹਾਸਕ ਜੰਗ ਦਾ ਹਿੱਸਾ ਬਣਨ ਦੇ ਲਈ। ਅਸੀਂ ਖੁਸ਼ ਕਿਸਮਤ ਅਸੀਂ ਭਾਗਾਂ ਵਾਲੇ ਆ ਕਿ ਅਸੀਂ ਉਸ ਸਮੇਂ ਧਰਤੀ ਦੇ ਉੱਤੇ ਆ ਜਦੋਂ ਪੰਜਾਬ ਇਹ ਕੌਮ ਇੱਕ ਨਵਾਂ ਇਤਿਹਾਸ ਸਿਰਜੂਗੀ, ਇੱਕ ਨਵਾਂ ਇਤਿਹਾਸ ਲਿਖੂਗੀ, ਜਿਹੜਾ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ ਇਸ ਮੁਲਕ ਦੀਆਂ ਨਹੀਂ ਪੂਰੀ ਪੂਰੀ ਦੁਨੀਆਂ ਦੀਆਂ ਪੀੜ੍ਹੀਆਂ ਫੜਿਆ ਕਰ ਰਹੀਆਂ ਕਿ ਕਿਸੇ ਸਮੇਂ ਵੀ ਇਹਨਾਂ ਲੋਕਾਂ ਨੇ ਇਤਿਹਾਸ ਲਿਖਿਆ ਸੀ, ਇਹਨਾਂ ਲੋਕਾਂ ਨੇ ਇਤਿਹਾਸ ਸਿਰਜਿਆ ਸੀ। ਮੇਰਾ ਵੀਰਾ ਇਸ ਗੱਲੋਂ ਜਿਹੜੇ ਹੁਣ ਬੈਠੇ ਨੇ, ਆ ਜਾਓ ਭਰਾ ਵੰਡ ਕੇ, ਹੁਣ ਦੱਬੀ ਤੁਰਿਆ ਟਰੈਕਟਰ ਟਰਾਲੀਆਂ ਭਰ ਕੇ, ਜਿੰਨੇ ਵੀ ਬੈਠੇ ਹੋ ਪਿੰਡਾਂ ਦੇ ਵਿੱਚ, ਬਾਹਰਲਿਆਂ ਨੂੰ ਵਾਰ ਵਾਰ ਬੇਨਤੀ ਕਰਦਾ ਆਪਣੇ ਪਿੰਡਾਂ 'ਚ ਫੰਡ ਦਿਓ, ਜਿਹੜੇ ਵਿਚਾਰੇ ਦਲਿਤ ਭਰਾ ਨੇ, ਸਾਡੇ ਗਰੀਬ ਭਰਾ ਨੇ, ਆ ਨਹੀਂ ਸਕਦੇ ਸਾਧਨ ਨਹੀਂ, ਉਹਨਾਂ ਕੋਲੇ ਕਹੋ ਉਹਨਾਂ ਨੂੰ ਟਰੈਕਟਰ ਟਰਾਲੀਆਂ ਦੇ ਮਹੱਈਆ ਕਰਾ ਕੇ ਦਿਓ, ਉਹ ਵੀ ਇੱਥੇ ਆ ਸਕਣ। ਇੱਕ ਮਿੰਟ ਰਾਜੇ ਵੀਰੇ, ਇੱਕ ਤਿੰਨੇ ਬਾਰਡਰ ਉਹ ਇੱਥੇ ਇਹੋ ਜਿਹਾ ਜਲਾਓ ਆ, ਇੱਥੇ ਆ ਕੇ ਪਤਾ ਲੱਗਦਾ ਚਿਹਰਿਆਂ ਤੇ ਇੰਨਾ ਨੂਰ ਤੇ ਇੰਨਾ ਜਲਾਓ, ਇਹ ਤਗਦੇ ਚਿਹਰੇ ਤੋਂ ਨੌਜਵਾਨਾਂ ਦੇ ਹਰ ਇੱਕ ਬੰਦੇ ਦੇ ਦਿਲੋਂ ਇੱਕੋ ਹੀ ਇੱਕੋ ਹੀ ਆਵਾਜ਼ ਨਿਕਲਦੀ ਹੈ ਕਿ ਜਿੱਤ ਕੇ ਜਾਵਾਂਗੇ, ਜਿੱਤ ਕੇ ਜਾਵਾਂਗੇ, ਜਿੱਤਾਂਗੇ, ਜਿੱਤ ਕੇ ਜਾਵਾਂਗੇ, ਹਾਂ ਜਿੱਤੇ ਬੈਠੇ ਆ, ਐਲਾਨ ਹੋਣਾ ਬਾਕੀ ਆ। ਬਸ ਅਗਲੀ ਗੱਲ, ਦੂਜੀ ਗੱਲ ਮੇਰੀ ਸੁਣ ਲਓ, ਹੁਣ ਮੌਕਾ ਜਿਹੜੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ, ਵੱਡੀਆਂ ਧਿਰਾਂ ਆਪਾਂ ਮੰਨ ਲਗੇ ਤਿੰਨ ਚਾਰ ਹੈਗੀਆਂ ਨੇ, ਬਾਦਲ ਆ, ਕਾਂਗਰਸ ਆ, ਝਾੜੂ ਵਾਲੇ ਆ, ਕਦੀ ਹੋਰ ਹੋਣੀ ਆ, ਹੁਣ ਤੁਹਾਡੇ ਕੋਲੇ ਮੌਕਾ ਹੈ। 6 ਰਾਹ ਪੈਂਦੇ ਆ ਵੱਡੇ ਦਿੱਲੀ ਦੇ, ਵੱਡੇ ਜਿਹੜੇ ਹਾਈਵੇ 6 ਆ, 6 ਸੜਕਾਂ ਨੇ, 6 ਦੇ ਵਿੱਚ 3 ਪੂਰਨ ਤੌਰ 'ਤੇ ਰੁਕੀਆਂ ਹੋਈਆਂ ਨੇ, ਉੱਧਰੋਂ ਟਿੱਕਰੀ ਵਾਲਾ, ਕੁੰਡਲੀ ਵਾਲਾ, ਗਾਜ਼ੀਆਬਾਦ ਵਾਲਾ, 3 ਰਹਿੰਦੇ ਨੇ ਹਾਲੇ। ਤੁਹਾਨੂੰ ਮੌਕਾ ਹੈ ਭਰਾਵੋ, ਬਾਦਲ ਵਾਲਿਆਂ ਨੂੰ ਕਹਿੰਦੇ ਆ ਵੀ ਇੱਕ ਰਾਹ ਤੁਸੀਂ ਰੋਕ ਲਓ, ਆ ਕੇ ਲਿਓ ਆਪਦੇ ਜਿਹੜੇ ਲੈ ਕੇ ਉਦੋਂ ਡਰਾਮੇ ਜੇ ਕਰਦੇ ਨਾ, ਲੈ ਕੇ ਟਰੈਕਟਰ ਜੀ ਚੰਡੀਗੜ੍ਹ ਜਾਂਦੇ ਹਾਂ ਜੀ, ਫਲਾਣੇ ਦਾ ਘਰੋਂ ਆਪ ਹੀ ਗੁਰਫਰਦਾਰੀ ਦੇ ਕੇ ਤੇ ਆਪ ਹੀ ਡਰਾਮਾ ਜਿਹਾ ਕਰਕੇ ਮੁੜ ਗਏ ਸੀ, ਆ ਜਾਓ ਤੁਹਾਨੂੰ ਅਸੀਂ ਆਹ ਆਫਰ ਦਿੰਦੇ ਹਾਂ ਵੀ ਆਓ, ਇੱਕ ਰਾਹ ਤੁਹਾਨੂੰ ਦੱਸਦੇ ਹਾਂ ਕਿਹੜਾ ਰੱਖਣਾ, ਉੱਥੇ ਆ ਕੇ ਆਪਣੀ ਸਾਰੀ ਟੀਮ ਲਿਆ ਕੇ ਬੈਠੋ, ਤੁਹਾਡਾ ਪਤਾ ਲੱਗ ਜੂਗਾ ਵੀ ਹਾਂ ਵਾਕਈ ਤੁਸੀਂ ਦਰਦੀ ਹੋ ਪੰਜਾਬ ਦੇ। ਕਾਂਗਰਸ ਵਾਲਿਓ ਤੁਹਾਡੇ ਕੋਲ ਵੀ ਮੌਕਾ, ਤੁਸੀਂ ਵੀ ਆ ਜਾਓ, ਕਦੇ ਟਰੈਕਟਰ ਜਿਹਾ ਫੂਕ ਕੇ ਮੁੜ ਜਾਂਦੇ ਸੀਗੇ ਡਰਾਮਾ ਜਿਹਾ ਕਰਕੇ, ਕਦੇ ਯੰਤਰ ਮੰਤਰ 'ਚ ਬਹਿ ਕੇ ਜੇ ਮੁੜ ਕੇ, ਹੁਣ ਇੱਥੇ ਪਤਾ ਨਹੀਂ ਕਿਹਦਾ ਘਰ ਘੁਰ ਜਾ ਕੇ ਹਿਰਦੇ ਫਿਰਦੇ ਹੋ, ਉਹਨਾਂ ਗੱਲਾਂ 'ਚ ਕੋਈ ਤੰਤ ਨਹੀਂ ਫੇਟ ਗਿਆ ਇੱਧਰ ਯਾਰ, ਕੀ ਕਰੀ ਜਾਂਦੇ ਉਹ ਉਤਰੇ, ਉਹਨਾਂ ਗੱਲਾਂ 'ਚ ਕੋਈ ਤੰਤ ਨਹੀਂ, ਇੱਕ ਰਾਹ ਤੁਸੀਂ ਰੋਕ ਲਓ। ਅਤੇ ਤੀਜੇ ਰਹਿ ਗਏ ਬਾਈ ਝਾੜੂ ਵਾਲੇ, ਝਾੜੂ ਵਾਲੇ ਤੁਹਾਡੇ ਕੋਲ ਵੀ ਮੌਕਾ ਹੈਗਾ, ਆ ਜਾਓ ਬਾਈ, ਤੁਹਾਡਾ ਵੀ ਟਰੈਕਟਰ ਸਾਨੂੰ ਦਿਖਿਆ ਨਹੀਂ, ਜਿੱਥੇ ਆਪਣਾ ਚੀਮਾ ਅਤੇ ਬੀਬਾ ਬਲਜਿੰਦਰ ਕੌਰ ਅਤੇ ਇੱਕ ਹੋਰ ਪਤਾ ਨਹੀਂ ਸਿੰਘ ਕਿਹੜਾ ਸੱਜਣ ਬੈਠਾ ਸੀ ਨਾਲ ਤੁਹਾਡੇ, ਬਹੁਤ ਹਾਂ ਸਰਕਾਰ ਵੀ ਭਰਾਵੋ ਤੁਹਾਡੀ ਆ ਦਿੱਲੀ ਵਾਲੀ, ਨਾਲ ਹੀ ਕੇਜਰੀਵਾਲ ਨੂੰ ਬਿਠਾਓ ਲਿਆ ਕੇ, ਨਾਲ ਹੀ ਤੁਹਾਡੇ ਤਾਂ ਇੱਥੇ ਬਹੁਤ ਵੱਡਾ ਕਾਡਰ ਬੈਠਾ ਦਿੱਲੀ 'ਚ, ਉਹਨਾਂ ਨੂੰ ਬਿਠਾਓ, ਅਤੇ ਪੰਜਾਬ ਵਾਲੇ ਤੁਸੀਂ ਵੀ ਆ ਜਾਓ ਬਾਈ, ਭਗਵੰਤ ਮਾਨ, ਚੀਮਾ, ਜਿੰਨੇ ਬਲਜਿੰਦਰ ਕੌਰ ਬੀਬਾ, ਜਿੰਨੇ ਤੁਸੀਂ ਵੀ ਹੈਗੇ, ਇੱਕ ਰਾਹ ਤੁਸੀਂ ਰੋਕ ਲਓ, 3 ਇਹ ਜਥੇਬੰਦੀਆਂ ਨੇ ਰੋਕੇ ਹੋਏ, 3 ਤੁਹਾਡੀ ਜ਼ਿੰਮੇਵਾਰੀ ਹੈ, ਹੁਣ ਪਤਾ ਲੱਗ ਜੂ ਕੀ ਭਾਅ ਵਿਕਦੀ ਆਉਣੇ ਹੋ, ਇਕੱਲੇ ਉੱਥੋਂ ਬਿਆਨ ਜਾਂ ਦਾਗ ਛੱਡਦਿਆਂ ਕਿਸਾਨਾਂ ਵਾਲੇ ਨਾਲ ਆ, ਕਿਸਾਨਾਂ ਦੇ ਨਾਲ ਨਾਲੇ ਪੁਰਾਣੇ ਪਾਪ ਧੋਤੇ ਜਾਣਗੇ ਬਾਈ। ਇੱਕ ਕਹਿੰਦਾ ਵੀਰ ਕਹਿੰਦਾ ਵੀ ਗਾਜ਼ੀਆਬਾਦ ਵਾਲੇ ਬਾਰਡਰ ਦੇ ਲੰਗਰ ਦੀ ਕਮੀ ਆ। ਹਾਂ ਬਾਈ ਇਹ ਵੀ ਬੇਨਤੀ ਸੁਣ ਲਓ ਜਿਹੜੇ ਮੇਰੇ ਭਰਾ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਆਮ ਹੋਇਆ ਪਿਆ, ਆਮੋ ਆਮ, ਅੱਧੀ ਦਿੱਲੀ ਖਾ ਕੇ ਜਾਂਦੀ ਆ ਬਾਈ, ਅੱਧੀ ਦਿੱਲੀ ਖਾਂਦੀ, ਅੱਧੀ ਦਿੱਲੀ ਬਦਾਮਾਂ ਦਾ ਨੱਕ ਮੋੜਤਾ ਕੱਲ ਲੰਗਰ ਲਾ ਕੇ, ਇੱਥੇ 30 ਕੁ ਮੰਡਲ ਬਦਾਮ ਅੱਜ ਹੋਰ ਆਏ ਪਏ ਆ, ਤੇ
ਮੈਂ ਬੇਇੱਜ਼ਤੀ ਕਰਦਾ ਭਰਾਵਾਂ ਨੂੰ ਟਿੱਕਰੀ ਤੇ ਕੁੰਡਲੀ ਤੇ ਕੋਈ ਕਮੀ ਨਹੀਂ ਹੈਗੀ ਲੰਗਰ ਇੱਕ ਚੀਜ਼ ਦੀ ਗਾਜ਼ੀਆਬਾਦ ਵਾਲੇ ਪਾਸੇ ਕਮੀ ਹੈਗੀ ਹੈ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਕਹਿੰਦੇ ਬਾਈ ਕਿੱਥੇ ਅੱਗੇ ਗਾਜ਼ੀਆਬਾਦ ਵਾਲੇ ਪਾਸੇ ਉਧਰ ਜਿਹੜਾ ਦੂਜਾ ਪੈ ਜਾਂਦਾ ਯੂਪੀ ਵਾਲੇ ਪਾਸੋਂ ਬਾਰਡਰ ਪੈਂਦਾ ਦਿੱਲੀ ਨੂੰ ਉੱਥੇ ਹਲੇ ਕਮੀ ਹੈਗੀ ਹੈ ਉੱਥੇ ਮੇਰਾ ਵੀਰ ਲੰਗਰ ਲਾਓ।